हेलो। हाँ जी हाँ जी हाँ जी पापा यार दोस्त हैं। हाँ कोई दुख सुख साझा करना है। हाँ तो ही फोन आते लगे जी ਇਹਨਾਂ ਫੋਨਾਂ ਨੇ ਤਾਂ ਯਾਰੀਆਂ ਵਿਖਾ ਕਰਦੀਆਂ ਜੇ ਬਾਈ ਪਾਓ ਇਹਨਾਂ ਨੂੰ ਲਾਓ ਵੀ ਭਰਾ ਫੋਨ ਰੱਖ ਦਿੰਨੇ ਆ ਆ ਠੰਡੀ ਆਉਂਦੇ ਇਹਨੂੰ ਤਾਂ ਪੀਓ ਪਹਿਲਾਂ ਪੀਓ ਪੀਓ ਚਾਹ ਭਰਾ ਜਾ ਵੀ ਪਾਇਆ ਫੋਨਾਂ ਤਾਂ ਅਗੂ ਚਾਹ ਵਾ ਠੀਕ ਹੈ ਚਾਹ ਸਾਡੇ ਪਿੰਡ ਆਇਓ ਸਾਡੇ ਆਪਣੇ ਕਮਾਦ ਆ ਆਪਣੇ ਕਮਾਦ ਦੀ ਰੋਹ ਕੱਢੀ ਦੀ ਆ ਉਹਦਾ ਗੁੜ ਬਣਾਈਦਾ ਤੇ ਤੁਹਾਨੂੰ ਗੁੜ ਦੀ ਚਾਹ ਪਿਆਵਾਂਗੇ ਨਾਲੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲੇ ਕਮਾਦ ਖਾਵਾਂਗੇ ਨਾਲੇ ਪਿੰਡ ਖਾਵਾਂਗੇ ਕਿਤੇ ਟਾਈਮ ਕੱਢ ਕੇ ਯਾਰ ਪਿੰਡ ਆਵਾਂ ਚਲੋ ਯਾਰ ਚਲੋ ਚੱਲਦੇ ਜਿੱਦਾਂ ਛੁੱਟੀਆਂ ਹੋਈਆਂ ਛੁੱਟੀਆਂ ਤੇ ਆਵਾਂਗੇ ਵੀਰੇ ਛੁੱਟੀਆਂ ਕੱਲ ਨਵਾ ਸ਼ੁੱਕਰਵਾਰ ਆਪਣੇ ਛੁੱਟੀਆਂ ਵਾ ਦੋ ਸ਼ੁੱਕਰ ਸ਼ਨੀ ਤੁਸੀਂ ਐਂ ਕਰੋ ਸ਼ੁੱਕਰਵਾਰ ਮੇਰੇ ਵੱਲ ਚੱਲਿਓ ਮੈਂ ਤੁਹਾਨੂੰ ਪਿੰਡ ਵਿਖਾਊਂਗਾ ਨਾਲ ਰੋਟੀ ਖਵਾਊਂਗਾ ਠੀਕ ਹੈ ਜੀ ਤੇ ਪੂਰੀ ਮੌਜ ਮਸਤੀ ਕਰਾਂਗੇ ਆਪਾਂ ਆਪਣੇ ਪਿੰਡ ਠੀਕ ਹੈ ਹੁਣ ਤਿਆਰੀਆਂ ਮੈਂ ਤਾਂ ਪੂਰੀਆਂ ਨੇ ਮੈਂ ਕਰੇ ਕਹਿੰਦਾ ਮੰਮੀ ਡੈਡੀ ਨੂੰ ਕਹਿੰਦਾ ਵੀ ਮੇਰੇ ਯਾਰ ਆ ਰਹੇ ਜਿਗਰੀ ਯਾਰ ਸੱਜੀਆਂ ਖੱਬੀਆਂ ਬਵਾਂ ਮੇਰੀਆਂ ਆ ਰਹੀਆਂ ਕਹਿੰਦਾ 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 ਐਂ ਕਰੋ ਸ਼ੁੱਕਰਵਾਰ ਤਿਆਰੀ ਮੇਰੇ ਘਰੇ ਰਾਤ ਦੀ ਪਾਰਟੀ ਮੇਰੇ ਵੱਲ ਚਲੋ ਨਾ ਪਾਪਾ ਚੱਲ ਗਏ ਚਲੋ ਚਲੋ ਤੇ ਮੈਂ ਨਾ ਖਾਦ ਖਰਨੀ ਹੈ ਬਾਪ ਨੇ ਮਗਾਈ ਸੀ ਫੋਨ ਨੂੰ ਤੇ ਤੁਸੀਂ ਆਉਣਾ ਜ਼ਰੂਰ ਹੈ ਵਾਦਾ ਵਾ ਪੱਕਾ ਯਾਰ ਜਮਾਂ ਦਿੱਤੀ ਯਾਰ ਨੂੰ ਮੈਂ ਦਿੱਤੀ ਦੇ ਪੱਕਾ ਆਵਾਂਗੇ ਚਲੋ ਓਕੇ ਮੰਮਾ ਮੈਂ ਚੱਲੀ ਕਾਲਜ ਮੇਰੇ ਹੱਥ ਨੀ ਕਟੋ ਹੋਰਾ ਲੱਸੀ ਦਾ ਉਹਨੂੰ ਵਿੱਚ ਨੀ ਤਲਾਚ ਦੱਸੀ ਦਾ ਨੀ ਮੈਂ ਖੜ ਕੇ ਚੁਬਾਰੇ ਵਾਜਾ ਮਾਰਦੀ ਕਿਤੇ ਬਾਜ ਨਾ ਆਵੇ ਪੁੰਨੂ ਲਾਲ ਦੀ ਕਿਤੇ ਬਾਜ ਨਾ ਆਵੇ ਪੁੰਨੂ ਲਾਲ ਵਧੀਆ ਵਧੀਆ ਦਰਜਾ ਲਾਈਆਂ ਹੀ ਸੁਣਾ ਦੇ ਕੀ ਹਾਲ ਮਿਲ ਗਿਆ ਤੇਰੇ ਵਧੀਆ ਚੜਾ ਅੱਜ ਕਿੱਦਾਂ ਆਉਣੇ ਹੋਏ ਓਨੇ ਹਾਲ ਤੱਕ ਮੈਨੂੰ ਸੋਹਣੀ ਕਿਹਾ ਤੇ ਤੂੰ ਹੁਣੇ ਕਹਿ ਦਿੱਤਾ ਮੈਨੂੰ ਕੀ ਛਾੜ ਹਾਂ ਵਿਆਹੀ ਨੂੰ ਹੋ ਗਏ ਹਾਂ ਉਹਨੇ ਤੈਨੂੰ ਸੋਹਣੀ ਨਹੀਂ ਕਿਹਾ ਕਿਆ ਵੇਲਾ ਮੈਂ ਤੈਨੂੰ ਤੀਆਂ ਮਿੰਟਾਂ ਚ ਕਹਿਤਾ ਤੂੰ ਸਿਆਣਾ ਬੰਦਾ ਲੱਗਦਾ ਨਾ ਹਾਂ ਇਹ ਕੀ ਗੱਲ ਸੱਜਾ ਖੱਬਾ ਬੰਨਾ ਵੇਖਦਾ ਕੀ ਗੱਲ ਵਾ ਨਹੀਂ ਵੇਖਣਾ ਪੈਂਦਾ ਚੜ ਵੀ ਗਾਦਾ ਮੈਂ ਬਾਉ ਕਰੇ ਆ ਖੜੇ ਆ ਤੇ ਇੱਥੇ ਮੰਡੀ ਤੱਕ ਗਿਆ ਵਾ ਅੱਛਾ ਦਫਾ ਆ ਕੇ ਹਾਂ ਨਹੀਂ ਨਹੀਂ ਹਾਂ ਫੇਰ ਆਪਾਂ ਦੋਵੇਂ ਆ ਗਏ ਅੱਜ ਜਵਾਨੀ ਹੁੰਦੀ ਨਾ ਜਿੱਦਾਂ ਮੈਂ ਤੁਰਦੀ ਹੈ ਨਾ ਤੇ ਹੇਮਾ ਮਾਲਣੀ ਵਾਂਗ ਤੁਰਦੀ ਸਾਂ 20-25 ਮੁੰਡੇ ਮਰਦੇ ਸੀ ਕੇ ਸਾਰਾ ਪਿੰਡ ਹੀ ਮਰ ਗਿਆ ਸੀ ਸਾਰਾ ਪਿੰਡ ਮਰ ਗਿਆ ਹਾਂ ਤੇ ਤੂੰ ਕੱਲੀ ਨਹੀਂ ਹੋਣਾ ਨਹੀਂ 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 ਉਹ ਕਰੇ ਮਰ ਗਿਆ ਸੀ ਜਿਹੜਾ ਇਸ਼ਕੀ ਮੁਸ਼ਕੀ ਬੱਚੀ ਅੱਛਾ ਇਸ਼ਕੀ ਮੁਸ਼ਕੀ ਜੀ ਮਰ ਗਿਆ ਕੇ ਤੂੰ ਗੱਲ ਸੁਣ ਲੈ ਮੇਰੀ ਇੱਥੇ ਪਹਿਲਾਂ ਮੈਨੂੰ ਸ਼ੱਕ ਸੀ ਕੀ ਕਹਿਣ ਡਿਆ ਤੇ ਤੂੰ ਅੱਗੋਂ ਘਾੜੇ ਭਣ ਰਹੀ ਹੈ ਤੇਰੀ ਕਰਤੂਤ ਦਾ ਪਹਿਲਾਂ ਹੀ ਪਤਾ ਸੀ ਮੈਨੂੰ ਕਿਹੜੀ ਗੱਲ ਤੂੰ ਸਮਝਾ ਨਹੀਂ ਮੈਂ ਸਾਰਾ ਕੁਝ ਸੁਣ ਲਿਆ ਹੋ ਕੇ
ਸਾਰਾ ਤੈਨੂੰ ਲੈ ਕੇ ਮਰੂੰਗਾ ਮੈਂ। ਨਿਕਲ ਜਾ ਹਟੇ ਕਰੋ, ਨਿਕਲ ਜਾ। ਨਹੀਂ ਜਾਂਦਾ ਮੈਂ। ਕੋਲ ਜਾ, ਮੈਂ ਕੋਈ ਦੁੱਖ ਨਹੀਂ ਹੋਣਾ। ਆ ਜਾ, ਨਿਕਲ ਜਾ, ਨਿਕਲ ਜਾ, ਨਿਕਲ ਜਾ, ਨਿਕਲ ਜਾ। ਸਾਰਾ ਤੈਨੂੰ ਰਾਹ ਨਹੀਂ ਲੱਭਦਾ। ਆ ਜਾ, ਕਰੇ ਕਿੱਥੇ ਨੋ ਨਾਈ ਤੂੰ। ਮੈਂ ਡਾਕਟਰ ਨੂੰ ਲਿਉਂ। ਕਰੇ ਕਰੇ ਕਿੱਥੇ ਨਾ। ਮੈਂ ਰੋਜ਼ ਕਰੇ ਨਾ ਖੜ ਜਾ। ਜਾ ਜਾ ਨਹੀਂ ਆਉਂਦਾ। ਜੇ ਤੂੰ ਨਾ ਆ ਮੈਨੂੰ ਦਾਦੀ ਮੈਂ ਫੇੜ ਆ ਜੂ। ਆ ਕਰੋ ਇਹਨੂੰ। ਸੱਚੀ ਜੱਜ ਕੀ ਗੱਲ ਤੇਰੀ? ਇਹ ਗੱਲ ਕੁਝ ਵੀ ਨਹੀਂ ਸੀ। ਮੈਂ ਤੇਰੀ ਸੌ ਖਾਂਦੀ, ਤੂੰ ਜਾਂਦਾ ਹੀ ਮੇਰੀ ਗੱਲ। ਮੈਂ ਤੂੰ ਜਾਂਦਾ ਹੀ, ਮੈਂ ਤੇਰੇ ਕੁਝ ਨਹੀਂ ਕਹਿੰਦੀ। ਸਹੀ ਜੱਜ ਕੀ ਗੱਲ ਹੈ ਤੇਰੀ? ਇਹ ਗੱਲ ਕੁਝ ਨਹੀਂ ਸੀ। ਤੇ ਨਾ ਜਿੱਕ ਬੈਠਾ ਹੈ ਇੱਥੇ ਕੋ ਬੈਠਾ ਤੇਰੀ ਆ ਤੇਰਾ ਆ। ਚਲੋ ਮੈਂ ਤੈਨੂੰ ਦੱਸਾਂ ਇਹਨੂੰ ਟਾਲਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਬਸ ਉਹ ਇੱਧਰ ਆਇਆ, ਇੱਥੇ ਬਹਿ ਗਿਆ, ਬਸ ਦੋ ਗੱਲਾਂ ਕੀਤ ਗਿਆ। ਸ਼ੌਂਕ ਹੈ ਅੱਜ ਤੋਂ ਤੇਰਾ ਭਰਾ ਹੀ ਸ਼ੌਂਕ ਹੈ। ਨਾ ਨਾ ਸ਼ੌਂਕ ਹੈ ਇੱਥੇ ਮੇਰੀ ਮਰਜ਼ੀ ਹੈ ਸ਼ੌਂਕ ਹੈ। ਚਲੋ ਮੈਂ ਢਾਲਾ ਇਹਨੂੰ। ਮੈਂ ਦੱਸਾਂ ਨਹੀਂ, ਮੈਂ ਤੇਰੀ ਸ਼ੌਂਕ ਖਾਂਦੀ ਹਾਂ। ਮੈਂ ਜੋ ਕਰ ਤੂੰ ਤੂੰ ਹੀ ਹੈ। ਠੀਕ ਹੈ ਹਾਂ, ਅੱਗੇ ਜੋ ਵੜਨਾ ਨਹੀਂ ਚਾਹੀਦਾ। ਨਾ ਨਾ ਹੁਣ ਕੁੱਤਾ ਨਾ ਵੜੂਗਾ। ਠੀਕ ਹੈ, ਕੁੱਤਾ ਜੇ ਆ ਕੇ ਬੈਠਾ ਹੀ ਜੇ। ਨਹੀਂ ਹੁਣ ਨਹੀਂ ਵੜਦਾ। ਮੈਂ ਚੱਲਿਆ ਵੀਰੇ ਵੱਲ। ਅੱਛਾ ਜਿਹੜਾ ਵੀਰਾ ਆਪਣਾ? ਉਹ ਹਾਂ ਹਾਂ, ਉਹ ਆਂਦਾ ਵੀ ਆਪਾਂ ਨਾ ਕੋਈ ਪੈਲੀ ਲੈਣੀ ਆ। ਅੱਛਾ, ਮੈਂ ਸੌਦਾ ਕਰ ਰਿਹਾ ਵਾਂ। ਅੱਛਾ, ਉਹ ਮੈਨੂੰ ਵੀ ਆਖਦਾ ਸੀ ਵੀ ਪੈਲੀ ਬਾਰੇ ਕੋਈ ਗੱਲਬਾਤ ਕਰਦੇ ਸੀ, ਤੇ ਨਾਲੇ ਉਹ ਮੁੰਡੇ ਦਾ ਫੋਨ ਵੀ ਆਉਂਦਿਆ ਸੀ ਤੇ ਉਹ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਬੇਬੇ। ਹਾਂ, ਮੈਂ ਤਾਂ ਗੱਲ ਕਰਨੀ ਇੱਕ। ਕਿਹੜੀ ਆ? ਮੇਰੇ ਯਾਰ ਦੋਸਤ ਸਾਰੇ ਕਾਲਜ ਚੋਂ। ਕਾਲਜ ਚੋਂ ਆਏ? ਵੇਖਣ ਆਉਣਾ ਆਪਣਾ ਉਹਨਾਂ ਨੇ ਪਿੰਡ ਆਪਣਾ। ਕਿਹੜੇ ਤੇਰੇ ਯਾਰ ਦੋਸਤ? ਠੇਕਾ ਲੈ ਤੇਰੇ ਯਾਰਾਂ ਦੋਸਤਾਂ ਨਾਲ। ਮੇਰਾ ਯਾਰ ਦੋਸਤ ਪਤਾ ਮੈਨੂੰ ਕਿੰਨਾ ਪਿਆਰ ਕਰਦੇ ਆ? ਪਿਆਰ ਕਰਦੇ ਆ ਸਵਾ। ਤੇਰੀ ਮਾਂ ਦੇ ਯਾਰ ਵੀ ਤੈਨੂੰ ਕਿੰਨਾ ਪਿਆਰ ਕਰਦੇ? ਫਿਰ ਵੀ ਤੇਰੇ ਮਾਜੋ ਰੱਬ ਕਾ ਕੇ ਪੁੱਤੀਆਂ ਗੱਲਾਂ ਕਰਦੇ ਤੁਸੀਂ। ਇਧਰੋਂ ਇਹਨੇ ਬਣਾਏ, ਇਧਰ ਤੂੰ ਬਣਾ ਕੇ ਬੈਠੀ। ਮੈਨੂੰ ਇਹ ਪਾਉਂਦੇ ਯਾਰ ਦਾ ਯਾਰ ਦਾ ਨੀ ਕਦੀ ਆਉਂਦਾ। ਮੇਰੇ ਯਾਰ ਮਰਦੇ ਮਰਦੇ ਆ। ਤੂੰ ਮੇਰੇ ਕਿਉਂ ਸਾਰੀ ਨੂੰ ਸਾੜਦਾ? ਕਿਉਂ ਲੜਦੇ ਜੇ? ਉਹ ਫੋਨ ਆਇਆ ਸੀ ਮਮਰੇ ਦਾ ਵੀ ਆਇਆ ਸੀ ਹੈ, ਉਹ ਆਦੇ ਸਾਰੇ ਇਕੱਠੇ ਯਾਰ ਦੋਸਤ ਹੋ ਗਏ। ਅਸੀਂ ਤੁਹਾਡਾ ਪਿੰਡ ਵੇਖਣ ਵਾਸਤੇ ਆਉਣਾ ਵਾ। ਪਿੰਡ ਕੀ ਵੇਖਣ? ਘਰ ਵੇਖਣ ਸਾਡਾ, ਜਿਹੜੇ ਕੰਜਰ ਕੰਧ ਪਾਉਂਦੇ ਘਰ ਆ ਕੇ। ਤੂੰ ਪੂਤ ਨਹੀਂ ਜਾ, ਆਪਣੀ ਮਾਂ ਨੂੰ ਸਮਝਾ ਨਹੀਂ ਸਕਦਾ? ਮੇਰੇ ਯਾਰ ਦੋਸਤ ਨੇ ਆ ਕੰਜਰ ਖਾਣਾ ਸਾਂ, ਉਹ ਆਪਣਾ ਪੰਜਾਬੀ ਕਲਚਰ ਵੇਖਣਾ ਵਾ। ਤਾਂ ਕੰਜਰ ਖਾਣਾ ਇੱਥੋਂ ਦੇ ਸਾਹਮਣੇ ਨਾ ਕਰਿਓ। ਮੇਰੇ ਯਾਰ ਦੋਸਤਾਂ ਨੇ, ਮੈਂ ਕਿਹਾ ਵੀ ਗੁੜ ਦੀ ਚਾਹ ਸਪੈਸ਼ਲ ਮੇਰਾ ਡੈਡੀ ਬਣਾ ਕੇ ਦਿੰਦਾ ਮੈਨੂੰ। ਤੇਰੀਓ ਕਹਿ ਕਹਿ ਤੇਰਾ ਪਿਓ ਘਰ ਦੇ ਲੀਨਾ ਵੀ ਲਾਉਂਦਾ, ਸਾਰੇ ਘਰ ਦੇ ਕੰਮ ਕਰਦੇ ਚਾਹ ਬਣਾ ਕੇ ਦਿੰਦਾ। ਮੇਰੇ ਯਾਰ ਮੈਂ ਕਰਦੇ ਪਤਾ ਕਿੰਨਾ ਵਾ? ਕੰਜਰ ਜਾ ਕਿਉਂ ਭੇਲ ਹੋ ਜਾ ਵੀ ਘਰ ਦਾ ਕੰਮ ਮੈਂ ਕਰਦਾ? ਨਹੀਂ ਵੇਖ ਮੇਰੀ ਗੱਲ ਸੁਣੀ, ਜਿਹੜਾ ਆਪਾਂ ਕੰਮ ਕਰਨਾ ਨਾ ਹਰ ਨੌਕਰ ਕਰਦੇ ਆ ਹੈ, ਡੰਗਰ ਨੌਕਰ ਸੰਭਾਲਦੇ ਆ, ਰੋਟੀਆਂ ਨੌਕਰ ਡਾਡਾ ਉਹ ਨੌਕਰ। ਗੱਲ ਵੀ ਨਹੀਂ ਜੀ ਤੇਰੇ ਕੋਲ, ਗੱਲ ਵੀ ਨਹੀਂ ਜੀ, ਮੂੰਹ ਚ ਘੁੰਗਣੀ ਆ ਭਾਲੀਆਂ ਹੈ। ਉਹ ਸਾਰਾ ਕੰਮ ਨੌਕਰ ਕਰਦੇ ਆ ਤੇ ਆਪਾਂ ਪਿਆਰ ਮਮਤਾ ਰਹਿਣਾ, ਪਤਾ ਨਹੀਂ ਲੱਗੇ ਵੀ ਇਹਨਾਂ ਘਰ ਰੱਬ ਵਸਦਾ ਰੱਬ। ਠੀਕ ਆ, ਕਹਿਤਾ ਨੇ ਕਹਿਤਾ ਯਾਰਾਂ ਨੂੰ। ਚੱਲ ਚੱਲ ਆ ਜੀ ਨੂੰ। ਭੈਣ ਕਿੱਥੇ ਗਈ ਆ? ਪੜ੍ਹਨ ਗਈ ਆ। ਜਾ ਦਫਾ ਹੋ। ਅਚਰੋ ਮੇਰੀ ਗੱਲ ਸੁਣ, ਮੈਂ ਚੱਲਿਆ ਵੀਰੇ ਵੱਲ। ਅੱਛਾ, ਸਾਡਾ ਪੈਲੀ ਦਾ ਥੋੜਾ ਰੌਲਾ ਜਿਹਾ ਤੇ ਅਸੀਂ ਉਹ ਨਿਬੇੜ ਲਈ। ਹਾਂ ਜ਼ਰੂਰ ਜ਼ਰੂਰ ਨਿਬੇੜ ਕੇ। ਹਾਂ, ਕਿਉਂਕਿ ਉਹ ਆਂਦਾ ਪੈਲੀ ਹੋਰ ਲੈਣੀ, ਮੈਂ ਪਹਿਲੀ ਪੈਲੀ ਦਾ ਆਪਾਂ ਫੈਸਲਾ ਕਰ ਲਈਏ। ਹਾਂ ਹਾਂ, ਠੀਕ ਹੈ। ਹੁਣ ਜੇ ਉਹ ਆ ਗਿਆ ਨਾ ਤਾਂ ਮੈਂ ਛਿੱਲ ਦੇਣਾ। ਨਹੀਂ ਨਹੀਂ, ਉਹਨੂੰ ਕਹਿਣਾ ਕੁਛ ਨਹੀਂ, ਤੈਨੂੰ ਮੈਂ ਮਾਰ ਦੇਣਾ। ਫਾ ਜੇ ਗਏ ਜੇ ਉਹਨੂੰ ਵੇਖ ਨਾ, ਮੇਰੇ ਕੋਲ ਬੈਠਾ ਸਨ, ਦੋਵਾਂ ਗੋਲੀ ਮਾਰ ਕੇ ਮਾਰ ਦਵੀ। ਠੀਕ ਹੈ, ਆਈ ਦਿੱਤਾ ਜਨਾ ਕੀ ਪੱਗ ਬੰਨਾ ਵਾ ਤੇ ਪੈਣਾ ਪਾਣੀ ਪੈ ਦੀ ਵੀਰਾਂ ਨੂੰ। ਚੰਗਾ, ਮੈਂ ਪੱਗ ਬੰਨ ਕੇ ਆਉਂਦਾ। ਜਰਮਨ ਓਏ, ਆਪ ਤੇ ਸਾਰਾ ਦਾਨੂ ਆ, ਭੈਣ ਬੜੀ ਪਟਾਕਾ ਵਾ। ਓਏ ਭੈਣ ਆ ਉਹਦੀ, ਭੈਣ ਉਹ ਤੇਰੀ ਮਾਰ ਮੋਰਚਾ। ਆਪਣੀ ਜਿੰਨੀ ਪੈਲੀ ਆ ਪਿੰਡ ਤੇਰਾ। ਭੈਣ ਜੀ, ਮੈਂ ਤੁਹਾਡੀ ਕੁੜੀ ਵਾਸਤੇ ਬਹੁਤ ਵਧੀਆ ਰਿਸ਼ਤਾ ਲੈ ਕੇ ਆਈ। ਅੱਛਾ, ਫਿਰ ਤਾਂ ਵਧੀਆ ਕੀਤਾ। ਬਹੁਤ ਵਧੀਆ ਉੱਚੇ ਖਾਨਦਾਨ ਦਾ ਰਿਸ਼ਤਾ ਜੀ। ਅੱਛਾ, ਮੈਂ ਨਾ ਥੋੜੀ ਜਿਹੀ ਭੁਲੱਕੜ ਜੀ, ਚੇਤਾ ਭੁੱਲ ਜਾਂਦਾ ਵਾ ਕਿ ਕਿੱਥੋਂ ਦੇ ਨੇ। ਮੈਂ ਨਾ ਇਸੇ ਕਰਕੇ ਨਾ ਪਰਚੀ ਤੇ ਲਿਖਿਆ ਤਾਂ ਪਰਚੀ ਵੀ ਚੇਤੇ ਭੁੱਲ ਗਈ, ਉਹ ਮੈਂ ਕਿਹਾ ਮੈਂ ਹੱਥਾਂ ਦੇ ਲਿਖ ਕੇ ਲਾਏ ਨੇ ਲੈਂਦਾ, ਤਾਂ ਮੈਂ ਹੱਥ ਤੇ ਲਿਖ ਕੇ ਲਏ। ਦੱਸ ਭਲਾ ਕਿਹੜੇ ਪਿੰਡ ਦੇ ਆ? ਇਹ ਨਾ ਪਿੰਡ ਪੰਡੋਰੀ ਗੰਗਾ ਸਿੰਘ ਵਾਲੀ ਅਮਰੀਕਾ ਵਿੱਚ ਰਹਿੰਦੇ ਜੀ। ਬਲਵਿੰਦਰ ਸਿੰਘ ਸੋਈ ਤੇ ਦੋ ਬੇਟੇ ਜੀ। ਕਿਹੜੇ ਕਿਹੜੇ?
ਇੱਕ ਜੇ ਨਵਦੀਪ ਤੇ ਦੂਜਾ ਕਰਨਵੀਰ ਜੀ। ਅੱਛਾ ਤੇ ਮੈਂ ਨਵਦੀਪ ਦਾ ਰਿਸ਼ਤਾ ਲੈ ਕੇ ਆਈ। ਅੱਛਾ ਫਿਰ ਤਾਂ ਬਹੁਤ ਵਧੀਆ ਕੀਤਾ ਹੈ। ਪਰ ਭੈਣ ਜੀ ਇੱਕ ਗੱਲ ਵਾ, ਪਰ ਮੇਰੀ ਕੁੜੀ ਪੜ੍ਹੀ ਲਿਖੀ ਆ ਤੇ ਸਾਰਾ ਹੀ ਘਰ ਦਾ ਕੰਮ ਕਰ ਲੈਂਦੀ ਆ, ਪਰ ਕੁੜੀ ਮੇਰੀ ਪੂਰੀ ਸਿਆਣੀ ਆ। ਬਸ ਇਹੋ ਚੀਜ਼ ਹੀ ਚਾਹੁੰਦੇ ਆ। ਅੱਛਾ ਲੈਣ ਦੇਣ ਦੀ ਕੋਈ ਭੁੱਖ ਨਹੀਂ ਉਹਨਾਂ ਨੂੰ। ਅੱਛਾ ਉਹ ਕਿਤੇ ਕੁੜੀ ਪੜ੍ਹੀ ਲਿਖੀ ਹੋਵੇ, ਸੋਹਣੀ ਆ, ਕੰਮ ਕਾਰ ਵਾਲੀ ਹੋਵੇ। ਪਰ ਸਾਡੀ ਇੱਕ ਸ਼ਰਤ ਵਾ, ਵੀ ਅਸੀਂ ਧੀ ਨੂੰ ਕੁਝ ਨਹੀਂ ਦੇ ਸਕਦੇ। ਮੈਂ ਨਾ ਕੁਛ ਮੰਗਦੇ ਨਹੀਂ ਹੋ। ਅੱਛਾ ਕੋਈ ਲੈਣ ਦੇਣ ਦੀ ਭੁੱਖ ਨਹੀਂ ਉਹਨਾਂ ਨੂੰ, ਬਸ ਇਹੋ ਚਾਹੁੰਦੇ ਹੋ। ਬਸ ਬਾਕੀ ਤੁਹਾਡਾ ਬਹੁਤ ਗੁੜ ਪਊ ਉਹਨਾਂ ਦਾ ਪਰਿਵਾਰ ਬਹੁਤ ਵਧੀਆ। ਬਸ ਪੁੱਤ ਫਿਰ ਗੱਲ ਇੱਕੋ ਵਾ, ਬਈ ਕੁੜੀ ਦੇ ਪਿਓ ਨੂੰ ਆ ਲੈਣ ਦਿਓ, ਨਾਲ ਸਾਰਾ ਹੀ ਪਰਿਵਾਰ ਅੱਜ ਸ਼ਾਮੀ ਇਕੱਠੇ ਹੋਵਾਂਗੇ ਤੇ ਫਿਰ ਸਲਾਹ ਕਰਕੇ ਤੁਹਾਨੂੰ ਦੱਸ ਦਵਾਂਗੇ। ਜੇਕਰ ਰਿਸ਼ਤਾ ਮੇਰੀ ਕੁੜੀ ਦਾ ਕਦੇ ਬਾਹਰ ਦਾ ਹੋ ਜਾਵੇ ਨਾ, ਪੌ ਬਾਰਾ ਸਿੱਧੀਆਂ ਹੋ ਜਾਣਗੀਆਂ। ਤੁਹਾਡੀ ਨੀਤ ਤਾਂ ਠੀਕ ਨਹੀਂ ਆ, ਤੁਸੀਂ ਇੱਥੋਂ ਚੱਲ ਜਾਓ। ਦਿੱਲੀ ਦੇ ਵਿੱਚ ਕੇਜਰੀਵਾਲ ਨੇ ਬਹੁਤ ਸਸਤਾ ਕਰਤਾ ਸਭ ਕੁਛ। ਸਿਆਪਾ ਪਿਆ ਪਿਆ ਹੈ ਇਹਨੂੰ ਕੀ ਭਾਲਦਾ। ਦਿੱਲੀ ਦੇ ਵਿੱਚ ਕੇਜਰੀਵਾਲ ਨੇ ਹਰ ਚੀਜ਼ ਸਸਤੀ ਕਰਤੀ, ਆਪਣੇ ਪੰਜਾਬ 'ਚ ਅੱਗ ਲੱਗੀ ਪਈ ਮਹਿੰਗਾਈ ਨੂੰ। ਹੈਂ ਦਿੱਲੀ ਆਰੀ ਕੇਜਰੀਵਾਲ ਫਿਰ ਜਿੱਤ ਗਿਆ ਵੇਖ ਲੈ। ਤੇ ਜਿੱਤ ਗਿਆ ਸਾਨੂੰ ਕੀ ਭਾ। ਹੈਂ ਮੈਂ ਆ ਮੈਂ ਖਬ ਤਬਦੀ ਆਈ ਆ, ਰੋਟੀਆਂ ਭਈਏ ਦੇ ਕੇ ਆਈ ਆ, ਆ ਰੋਟੀ ਮੈਂ ਗਾਲ ਦੀ ਬੰਬੀ ਤੇ ਦੇ ਕੇ ਆਈ ਆ। ਹੈਂ ਝੁੱਡੂਆ ਤੈਨੂੰ ਕੋਈ ਪਤਾ ਵਾ ਕੋਈ ਦੁਨੀਆਦਾਰੀ ਦਾ? ਤੇ ਦੁਨੀਆਦਾਰੀ ਦਾ ਪਤਾ ਤੇ ਹੈਗਾ, ਮੈਂ ਤੈਨੂੰ ਇਹ ਕਹਿੰਦਾ ਵੀ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਬੱਲੇ ਬੱਲੇ ਕਰਾਤੀ, ਤੂੰ ਆਨੀ ਅਸੀਂ ਕੀ ਲੈਣਾ? ਇਸੇ ਕਰਕੇ ਤੁਸੀਂ ਕੋਈ ਚੰਗੀ ਸਰਕਾਰ ਨਹੀਂ ਚੁਣਦੇ। ਚੰਗੀ ਨੂੰ ਮਾਰ ਗੋਲੀ। ਮੈਂ ਇਹ ਮੇਰੀ ਗੱਲ ਸੁਣ, ਕੁਰਸੀ ਲੈ ਕੇ ਆਪਣੇ। ਮੈਂ ਤੇਰਾ ਨੌਕਰੀ ਆ? ਨਹੀਂ 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 ਕੋਈ ਨਹੀਂ, ਮੈਂ ਥੱਕੀ ਆਈ ਆ। ਇਹ ਕੁਰਸੀ ਬਦਲ ਕੇ ਇੱਥੇ ਤੂੰ ਬਹਿ ਜਾ, ਬਹਿ ਜਾ, ਇਹਨੂੰ ਛੱਡ ਦੇ, ਇਹਨੂੰ ਠਾਂ ਕਰ। ਅੱਜ ਦੱਸਾਂ ਤੈਨੂੰ ਮੈਂ ਗੱਲ ਇੱਕ। ਕਿਹੜੀ? ਅੱਜ ਆਪਣੇ ਕੁੜੀ ਦੇ ਰਿਸ਼ਤੇ ਵਾਸਤੇ ਆਏ ਸੀ, ਹੈਂ, ਚੋਲਾ ਤੇ ਵਿਚੋਲਣਾ। ਅੱਛਾ ਤੇ ਕਹਿੰਦੇ ਵੀ ਕੁੜੀ ਦਾ ਰਿਸ਼ਤਾ ਕਰ ਦਿਓ, ਵੀ ਮੁੰਡਾ ਬਾਹਰ ਦੇ ਮੁਲਕ ਰਹਿੰਦਾ ਵਾ ਸਾਰੇ ਪਰਿਵਾਰ। ਭਾਗਵਾਨ ਨੇ ਮੇਰੀ ਸੁਣ ਗੱਲ, ਵੀ ਤੈਨੂੰ ਪਤਾ ਵੀ ਆਪਣੀ ਧੀ ਧਿਆਣੀ ਇਕੱਲੀ ਇਕੱਲੀ ਆ ਤੇ ਇੱਕ ਆਪਣਾ ਮੁੰਡਾ, ਤੇ ਸੁੱਖ ਨਾ ਜੇ ਆਪਣੀ ਕੁੜੀ ਪੜ੍ਹ ਕੇ ਵਿਦੇਸ਼ ਚੱਲ ਜੂ ਤੇ ਆਪਣਾ ਸਹਾਰਾ ਕੌਣ ਬਣੂ? ਨਹੀਂ ਨਹੀਂ ਤੂੰ ਮੈਨੂੰ ਕਹਾਂ ਦੱਸ, ਬਾਹਰਲੇ ਮੁਲਕਾਂ ਨੂੰ ਤੁਸੀਂ ਮੁੰਡੇ ਲੱਭਦੀਆਂ ਜੇ ਵੀ ਉੱਥੇ ਰਿਸ਼ਤਾ ਕਰਨ, ਆਪਣੇ ਪੰਜਾਬ 'ਚ ਮੁੰਡੇ ਮਰ ਗਏ? ਓਹੋ ਤੈਨੂੰ ਮੈਂ ਗੱਲ ਕੀਤੀ ਨਾ, ਤੂੰ ਤੱਤੇ ਤਵਿਆ ਵਾਂਗੂ ਐ ਗਰਮ ਹੋ ਗਿਆ। ਆਪਣੇ ਦੇਸ਼ ਦੇ ਵਿੱਚ ਕੁੜੀ ਦਾ ਵਿਆਹ ਕਰਾਂਗੇ, ਕੱਲ ਨੂੰ ਕੁੜੀ ਆਪਣੇ ਕੋਲ ਦੁੱਖ ਸੁੱਖ ਪੁੱਛਣ ਆ ਜੂਗੀ। ਤੈਨੂੰ ਪਤਾ ਵੀ ਮੁੰਡਿਆਂ ਨਾਲੋਂ ਧੀਆਂ ਵੱਧ ਦੁੱਖ ਮਨਾਉਂਦੀਆਂ ਆਪਣਾ ਮਾਂ ਪਿਓ ਦਾ। ਹਾਂ ਮਨਾਉਂਦੀਆਂ। ਹਾਂ ਤੇ ਫਿਰ ਇਸ ਕਰਕੇ ਤੇ ਕੁੜੀ ਆਪਾਂ ਨੇੜੇ ਵਿਆਹੀਏ, ਕਿਉਂ ਆਪਾਂ ਦੂਰ ਅਮਰੀਕਾ 'ਚ ਭੇਜਣੀ ਹੈ? ਚੱਲ ਤੇ ਨਾ ਸਹਿਮਤ ਵਾ, ਬਾਕੀ ਧੀਆਂ ਧਿਆਨ ਜਿਹੜੀਆਂ ਉਹਨੂੰ ਜਵਾਬ ਦੇ ਦੇ ਠੋਕੇ, ਭਾਈ ਸਾਨੂੰ ਨਹੀਂ ਰਿਸ਼ਤਾ ਮਨਜ਼ੂਰ, ਅਸੀਂ ਕੁੜੀ ਵਿਆਹਣੀ ਆਪਣੇ ਇੰਡੀਆ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ, ਅਸੀਂ ਨਹੀਂ ਬਾਹਰ ਵਿਆਹਣੀ ਕੁੜੀ। ਤੇ ਦੂਸਰੀ ਰਹੀ ਗੱਲ, ਅਜੇ ਕੁੜੀ ਪੜ੍ਹਦੀ ਆ, ਉਹਨੂੰ ਪੜ੍ਹ ਲੈਂਦੇ, ਅਜੇ ਉਹਦੀ ਉਮਰ ਕੀ ਆ? ਇਹ ਇਤਨਾ ਕਰ ਤੇ ਮੈਂ ਹੁਣੇ ਨੇ ਫੋਨ ਦਾ ਜਵਾਬ ਦੇ ਦਿੰਦੀ ਆ। ਦੇ ਜਵਾਬ, ਹੈ ਦੇ ਜਵਾਬ, ਦੇ ਦਿੰਦੀ ਜਵਾਬ, ਖੁੱਲ ਜਾ। ਇਹ ਹੁਣ ਮੁੱਕਰੀ ਨਾ ਭਾਈ, ਨਹੀਂ ਮੁੱਕਰਦਾ, ਤੂੰ ਜਵਾਬ ਦੇ ਦੇ ਬਸ। ਤੇ ਸਾਹਮਣੇ ਫੋਨ ਲਾਉਣ ਲੱਗੀ। ਹਾਂ ਦੇ ਦੇ। ਹੈਲੋ ਹੈਲੋ ਜੀ, ਲੱਗ ਜੇ ਬੱਲ ਤੇ ਜਾ ਲੈਂਦੇ। ਜਾਂਦੇ ਆ ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਹੈਲੋ ਭੈਣ ਜੀ, ਆ ਮੇਰੇ ਨਾਲ ਗੱਲ ਕਰਾ। ਨਹੀਂ ਨਹੀਂ ਇਹ ਸਲਾਹ ਨਹੀਂ, ਸਲਾਹ ਕੀ ਪਾ? ਮੈਂ ਕਹਿੰਦਾ ਮੈਂ ਗੱਲ ਕਰ ਜਾ। ਇਹ ਆ ਤੁਸੀਂ ਨਾ ਕੁੜੀ ਦੇ ਪਿਓ ਨਾਲ ਗੱਲ ਕਰ ਲਓ, ਕੋਈ ਗੱਲ ਨਹੀਂ ਕਰਦਾ, ਇਹਨਾਂ ਸੰਗਤ ਦੀ ਲੋੜ ਕੋਈ ਨਹੀਂ ਗੀ, ਉਹ ਵੀ ਆਪ ਸੰਗਾਊ ਬਣੇ ਆ। ਨਹੀਂ 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 ਕੋਈ ਨਾ ਨਾ ਆ ਕਰੋ ਗੱਲ। ਹਾਂਜੀ ਹਾਂਜੀ ਚਾਚੀ ਜੀ, ਕਾਜੀ
ਹਾਂ ਜੀ ਹਾਂ ਜੀ ਤੁਸੀਂ ਆਏ ਸੀ ਰਿਸ਼ਤੇ ਬਾਰੇ ਸਾਨੂੰ ਮਨਜ਼ੂਰ ਆ ਕੋਈ ਗੱਲ ਨਹੀਂ ਇਹ ਵੀ ਤੁਸੀਂ ਇਹਨੂੰ ਪਿਆਰ ਨਾਲ ਕਹਿ ਰਹੇ ਹੋ ਅਸੀਂ ਨਾ ਨਹੀਂ ਕਰਦੇ ਇਹ ਵੀ ਠੀਕ ਆ ਬਾਹਰ ਝੂਟਾ ਲੈ ਵਾਂਗੇ ਜਹਾਜ਼ ਤੋਂ ਬੈਠ ਕੇ ਠੀਕ ਹੈ ਨਹੀਂ ਨਹੀਂ ਜੀ ਹਾਂ ਤੁਸੀਂ ਮੈਨੂੰ ਬਿਸ਼ਨ ਸਿੰਘ ਇਕੱਲਾ ਕਹੋ ਸੋਹਣਾ ਲੱਗਦਾ ਚੰਗਾ ਵਧੀਆ ਸੀ ਤੂੰ ਪਹਿਲਾਂ ਗੱਲ ਕਰਾਉਣੀ ਮੇਰੇ ਨਾਲ ਨਾ ਹੀ ਬੋਲਦਾ ਬਹੁਤ ਸੋਹਣਾ ਬੋਲਦੀ ਹੁਣ ਵਧੀਆ ਹੋ ਗਿਆ ਨਾ ਹਾਂ ਮਨਜ਼ੂਰ ਹੈ ਰਿਸ਼ਤਾ ਕੋਈ ਨਹੀਂ ਹਾਂ ਤੇ ਚੱਲ ਹੁਣ ਆਪਾਂ ਨਾ ਮਾੜਾ ਜਿਹਾ ਸਮਾਨ ਪਿਆ ਮੈਂ ਤੈਨੂੰ ਵਿਖਾਵਾਂ ਜਿਹੜਾ ਮੈਂ ਸ਼ਹਿਰੋਂ ਲੈ ਕੇ ਆਈ ਹਾਂ ਪੀਲਾ ਗਈ ਸ਼ਹਿਰੋਂ ਕੱਲ ਗਈ ਹੈ ਨਾ ਹੈ ਮੇਰਾ ਕੀ ਹਾਂ ਕੀ ਲਿਆਈ ਪਜਾਮਾ ਕੁੜਤਾ ਲਿਆਂਦਾ ਨਾਲੇ ਮੈਂ ਆਪਣੇ ਵਾਸਤੇ ਨਾ ਇੱਕ ਲਿਆਂਦੀ ਸੀ ਕੋਟ ਪੈਂਟ ਨਹੀਂ ਲਿਆ ਸਕਦੀ ਤੈਨੂੰ ਦਿੰਦੀ ਮੈਂ ਪੈਂਟ ਕੋਟ ਲੈ ਕੇ ਹੈ ਕਿੱਡਾ ਲਾਡੂ ਖਾ ਬਣਿਆ ਫਿਰਦਾ ਵਾ ਹੈ ਕਿੱਡੀ ਇਹਨੇ ਮੇਰੀ ਜਾਨ ਖਾਧੀ ਆ ਹੈ ਵੱਡਨੇ ਪੱਠੇ ਤੇ ਭਾਲਦਾ ਪੈਂਟ ਕੋਟ ਹੈ ਮਰ ਜਾਣਿਆ ਕਦੇ ਬੱਸ 'ਤੇ ਨਹੀਂ ਬੈਠਾ ਕਦੇ ਸਾਈਕਲ 'ਤੇ ਨਹੀਂ ਬੈਠਾ ਅਤੇ ਕਦੇ ਰਸਕੇ 'ਤੇ ਨਹੀਂ ਬੈਠਾ ਅਤੇ ਤੈਨੂੰ ਮੈਂ ਦਿੰਦੀ ਪੈਂਟ ਕੋਟ ਲੈ ਕੇ ਹੈ ਮੈਂ ਪਾਟੇ ਪੁਰਾਣੇ ਪਾ ਕੇ ਤਾਂ ਟਾਈਮ ਪਾਸ ਕਰਨ ਦਈ ਹਾਂ ਸੋਹਣਿਓ ਕਿੱਧਰ ਚੱਲੇ ਕੋਲ ਚੱਲੀ ਆ ਆ ਲਖਾਇਆ ਛੱਡਦਾ ਤੈਨੂੰ ਬਹਿ ਜਾ ਕੋਈ ਆ ਜਾ ਬਹਿ ਜਾ ਜ਼ਰੂਰਤ ਨਹੀਂ ਹੈ ਆ ਜਾ ਹਾਂ ਕੁਛ ਨਹੀਂ ਹੁੰਦਾ ਤੂੰ ਮੇਰੇ ਭਰਾ ਨੂੰ ਜਾਣਦਾ ਨਹੀਂ ਹੈ ਕੌਣ ਆ ਤੇਰਾ ਭਰਾ ਉਹਨੂੰ ਇੰਨੀ ਗੱਲ ਕਹਿ ਦੀ ਮੈਨੂੰ ਜੱਗੀ ਬਾਈਕ ਵਾਲੇ ਨੇ ਖੇੜਿਆ ਆਪੇ ਲੱਗ ਜੂ ਪਤਾ ਉਹਨੂੰ ਕੌਣ ਹੈ ਦੇਖਾਂਗੇ ਵੱਡੇ ਬਦਮਾਸ਼ ਨੂੰ ਤੇਰਾ ਭਰਾ ਹੈਲੋ ਹੈਲੋ ਵੀਰੇ ਮੈਂ ਕਾਲਜ ਨਹੀਂ ਜਾਣਾ ਅੱਜ ਮੈਂ ਘਰ ਆ ਰਹੀ ਹਾਂ ਹੋਇਆ ਕੁਛ ਨਹੀਂ ਹੈ ਮੈਨੂੰ ਇੱਕ ਮੁੰਡਾ ਛੇੜ ਕੇ ਗਿਆ ਉਹਨੇ ਹੁਣੇ ਆ ਰਹੀ ਹਾਂ ਮੈਂ ਓਕੇ ਬਾਹਰ ਨਿਕਲਿਆ ਵੱਡਾ ਬਦਮਾਸ਼ਾ ਤੂੰ ਮੇਰੀ ਭੈਣ ਛੇੜਿਆ ਵੀਰੇ ਆਹੀ ਹੈ ਚਲੋ ਤੂੰ ਮੇਰੀ ਭੈਣ ਛੇੜਿਆ ਵੀਰੇ ਆਹੀ ਹੈ ਜਿਹਨੇ ਮੈਨੂੰ ਰਾਹ ਵਿੱਚ ਛੇੜਿਆ ਸੀ ਮੈਂ ਆਪਣੇ ਬੱਚੇ ਨੂੰ ਬੜੇ ਵਧੀਆ ਸੰਸਕਾਰ ਦਿੱਤੇ ਮੇਰੀ ਗੱਲ ਸੁਣ ਲਾ ਭੈਣਾ ਪਹਿਲਾਂ ਮੇਰੀ ਇਸ ਬੰਦੇ ਨੇ ਮੈਂ ਕਰਨੀ ਮੇਰਾ ਬਾਪੂ ਕਰਨੀ ਮੇਰੀ ਬੇਬੇ ਕਰਨੀ ਘਰੇ ਆਇਆ ਮੇਰੀ ਭੈਣਾਂ ਛੇੜਖਾਨੀ ਕੀਤੀ ਤੂੰ ਦੱਸਿਆ ਨੀ ਮੈਨੂੰ ਬਾਪੂ ਇਹਨੂੰ ਇਹਦੇ ਤਰੀਕੇ ਨਾਲ ਚਪੇੜ ਮਾਰੀ ਦੇ ਮੂੰਹ ਤੇ ਮੈਂ ਹੋ ਵੀਰ ਜੀ ਤੁਸੀਂ ਸੱਚੀ ਇਹਨਾਂ ਦੀ ਭੈਣ ਨੂੰ ਛੇੜਿਆ ਮੈਨੂੰ ਤੁਹਾਡੇ ਤੋਂ ਇਹ ਉਮੀਦ ਤੇ ਨਹੀਂ ਸੀ ਮੈਂ ਤੇ ਸਭ ਨੂੰ ਇਹੀ ਕਹਿੰਦੀ ਫਿਰਦੀ ਸੀ ਕਿ ਮੇਰੇ ਵੀਰ ਵਰਗਾ ਕੋਈ ਵੀਰ ਨਹੀਂ ਪਰ ਤੁਸੀਂ ਅੱਜ ਮੇਰਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਅੱਜ ਤੋਂ ਬਾਅਦ ਤੁਸੀਂ ਮੇਰੇ ਭਰਾ ਨਹੀਂ ਤੇ ਮੈਂ ਤੁਹਾਡੀ ਕੋਈ ਭੈਣ ਨਹੀਂ ਦੇਖ ਕਾਕਾ ਮੈਂ ਤੇ ਇਹੀ ਕਹਿਣਾ ਚਾਹੁੰਦਾ ਜਿੱਦਾਂ ਦੀ ਤੇਰੀ ਭੈਣ ਉਦਾਂ ਦੀ ਇਹਦੀ ਭੈਣ ਯਾਰ ਦੀ ਭੈਣ ਨੂੰ ਹਮੇਸ਼ਾ ਭੈਣ ਦੀ ਨਿਗਾਹ ਨਾਲ ਤੱਕੀ ਦਾ ਵੀਰਿਆ ਠੀਕ ਹੈ ਅਗਲਾ ਮਾਫੀ ਮੰਗ ਗਿਆ ਹੈ ਕੋਈ ਗੱਲ ਤੂੰ ਦੱਸ ਕੀ ਕਹਿਣਾ ਕਹਿਣਾ ਕੀ ਹੈ ਆਪਣੀ ਭੈਣ ਨੂੰ ਕਾਲ ਦੀ ਛੱਡ ਕੇ ਆ ਓਏ ਹੁਣ ਤਾਂ ਹੱਸ ਕੇ ਵਿਖਾ ਦੇ ਮੁਰਕਾ ਇੱਧਰ ਆ ਓਏ ਗੱਲ ਸੁਣ ਮੇਰੀ ਜੇ ਆਪਾਂ ਇੱਦਾਂ ਹੀ ਸਮਾਜ ਦੇ ਵਿੱਚ ਚੰਗੀ ਨੀਤ ਨਾਲ ਰਵਾਂਗੇ ਤੇ ਤੇਰੀ ਭੈਣ ਕਦੇ ਨਾਰਾਜ਼ ਨਹੀਂ ਹੋਊਗੀ ਕਮਲਿਆ ਉਹ ਰੁੱਸ ਕੇ ਚਲੇਗੀ ਆਪਾਂ ਆਪੇ ਮਨਾ ਲਾਂਗੇ ਮੈਨੂੰ ਬਜ਼ੁਰਗੋ ਮਾਫ਼ ਕਰਿਓ ਮੈਂ ਗਲਤ ਸੰਗਤ ਕੋਈ ਗੱਲ ਨਹੀਂ